ਗੁਰੂ ਪਿਆਰੀ ਸਾਧ ਸੰਗਤ ਜੀਓ ਸ੍ਰੀ ਹਜੂਰ ਸਾਹਿਬ ਨੰਦੇੜ ਅਫਲਨਗਰ ਉਥੇ ਕਿਸੇ ਨੇ 25 ਟਰਾਲੇ ਭੇਜੇ ਨੇ ਦੇਸੀ ਘਿਓ ਦੇ 3 25 ਟਰਾਲੇ ਭਰ ਕੇ ਤਖਤ ਸਾਹਿਬ ਜਾ ਕੇ ਉਹਨਾਂ ਨੂੰ ਲਾਇਆ ਗਿਆ ਤੇ 25000 ਟੀਨ ਸੀ ਦੇਸੀ ਘਿਓ ਦੇ 25 ਟਰਾਲਿਆਂ ਦੇ ਵਿੱਚ ਗਏ ਨੇ ਤੇ ਉਸ ਤੋਂ ਬਾਅਦ 5000 ਜਿਹੜੇ ਗੇਲਨ ਸੀ ਉਹ ਰਿਫਾਈਨਡ ਦੇ ਸੀ ਤੇ ਇੰਨੀ ਵੱਡੀ ਸੇਵਾ ਜਿਹੜੀ ਹੈ ਪੰਜਾਬ ਦੇ ਵਿੱਚੋਂ ਭੇਜੀ ਗਈ ਹੈ ਆਖਰ ਉਹ ਕੌਣ ਹੈ ਸੋ ਇਹਦੇ ਵਿੱਚ ਕੁਝ ਬੇਨਤੀਆਂ ਮੈਂ ਸਾਂਝੀਆਂ ਕਰਨੀਆਂ ਨੇ ਕਿਉਂਕਿ ਸੰਗਤ ਦੇ ਵਿੱਚ ਦੁਬਦਾਵਾਂ ਨੇ ਕੁਝ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਸ ਕਰਕੇ ਥੋੜੀਆਂ ਜਿਹੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਸਾਰੇ ਜਣੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਹਜ਼ੂਰ ਸਾਹਿਬ ਇੰਨੀ ਵੱਡੀ ਸੇਵਾ ਹੋਈ ਹੈ ਉਹ ਪੰਜਾਬ ਤੋਂ ਸੇਵਾ ਭੇਜੀ ਗਈ ਹੈ ਮੈਂ ਤੁਹਾਡੇ ਨਾਲ ਸ਼ੁਰੂ ਦੇ ਵਿੱਚ ਸਾਂਝੀ ਕਰ ਚੁੱਕਿਆ 25000 ਟੀਨ ਦੇਸੀ ਘੋੜੇ ਦੇ ਟਰਾਲਿਆਂ ਦੇ ਵਿੱਚ ਗਏ ਨੇ ਔਰ 5000 ਰਿਫੈਂਡ ਦੇ ਨੇ ਵੱਡੇ ਉਹ ਜਿਹੜੇ ਪਲਾਸਟਿਕ ਦੇ ਹੁੰਦੇ ਨੇ ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਪਿੰਡਾਂ 'ਚ ਵਿੱਚ ਗੇਲਣ ਕਹਿੰਦੇ ਨੇ ਆਪਣੇ ਉਂਝ ਪੀਪੀਆਂ ਕਹਿ ਦਿੰਦੇ ਨੇ ਜਾਂ ਫਿਰ ਸ਼ਹਿਰਾਂ ਦੇ ਵਿੱਚ ਪੈਕਿੰਗਾ ਕਹਿੰਦੇ ਨੇ ਉਹ ਵੱਡੀਆਂ-ਵੱਡੀਆਂ ਪੈਕਿੰਗਾ ਰਿਫਾਈਂਡ ਦੀਆਂ ਭੇਜੀਆਂ ਗਈਆਂ ਨੇ ਤੇ ਉਹ ਸੇਵਾ ਭੇਜੀ ਗਈ ਬਹੁਤ ਚੰਗਾ ਹੋਇਆ ਤੇ ਉਥੇ ਇੰਨਾ ਵੱਡਾ ਜਿਹੜਾ ਕਾਰੋਬਾਰ ਹੈ ਜੇ ਆਪਾਂ ਗੱਲ ਕਰੀਏ ਵੀ ਸੰਗਤ ਦੇ ਰਹਿਣ ਸਹਿਣ ਦੇ ਲਈ ਸੇਵਾਵਾਂ ਚੱਲਦੀਆਂ ਨੇ ਸੰਗਤ ਦੇ ਸਹਿਯੋਗ ਨਾਲ ਹੀ ਚੱਲਦੀਆਂ ਨੇ ਆਪਣੀ ਭਾਵਨਾ ਜੇ ਭੇਜ ਵੀ ਦਿੱਤਾ ਤਾਂ ਇੱਕ ਫੇਰ ਕੀ ਪਰਲੋ ਆ ਗਈ ਦੇਖੋ ਦੀਵਾਰਾਂ ਤੇ ਪੱਥਰ ਲਾਉਣ ਨਾਲੋਂ ਤੋਂ ਚੰਗਾ ਨਾ ਉਹ ਚੀਜ਼ਾਂ ਲੰਗਰ ਦੇ ਵਿੱਚ ਕੰਮ ਆਉਣਗੀਆਂ ਉੱਥੇ ਕੋਈ ਸ਼ਕੂਗਾ ਸ਼ਕਾਊਗਾ ਉੱਥੇ ਕਿਸੇ ਨੂੰ ਮਨਾਹੀ ਨਹੀਂ ਹੈਗੀ ਵੀ ਤੂੰ ਨਾ ਸ਼ੱਕ ਇਹ ਨਾ ਸ਼ੱਕ ਹਰ ਕੋਈ ਸ਼ੱਕਦਾ ਆਪਣੇ ਪੰਜਾਬ ਦੇ ਵਿੱਚ ਵੀ ਲੰਗਰ ਲੱਗਦੇ ਨੇ ਹਰ ਕੋਈ ਸ਼ੱਕਦਾ ਆਪਾਂ ਤਾਂ ਨਹੀਂ ਰੋਕਦੇ ਸਿਆਣੇ ਉਂਜੀ ਆਮ ਕਹਿ ਦਿੰਦੇ ਨੇ ਕਿ ਭਾਈ ਇਹੋ ਜੀ ਚੀਜ਼ ਕਰੋ ਜੋ ਕਿਸੇ ਦੇ ਢਿੱਡ ਵਿੱਚ ਵੀ ਪਵੇ ਅਗਲਾ ਤੁਹਾਨੂੰ ਅਸੀਸ ਵੀ ਦੇਵੇ ਵੀ ਬਹੁਤ ਵਧੀਆ ਹੋ ਗਿਆ ਤੇ ਉਹਦੇ ਬਾਰੇ ਨਾ ਦੋ ਵਿਚਾਰਾਂ ਨੇ ਤੇ ਲੋਕ ਕਹਿੰਦੇ ਜੀ ਉਹ ਕਿਸੇ ਇੱਕ ਬੰਦੇ ਨੇ ਭੇਜਿਆ ਕਿਸੇ ਇੱਕ ਬੰਦੇ ਦਾ ਉਹ ਕੰਮ ਹੈ ਕਿਸੇ ਇੱਕ ਸੰਗਤ ਨੇ ਭੇਜਿਆ ਤੇ ਕੋਈ ਕਹਿੰਦਾ ਜੀ ਸੰਗਤ ਨੇ ਮਿਲ ਕੇ ਭੇਜੀ ਹੈ ਉਹ ਸੇਵਾ ਮੈਂ ਕਹਿੰਦਾ ਕੋਈ ਗੱਲ ਨਹੀਂ ਜਿਨੇ ਮਰਜ਼ੀ ਭੇਜਦੀ ਸੇਵਾ ਗੁਰੂ ਨੇ ਪ੍ਰਵਾਨ ਕਰ ਲਈ ਪਰਵਾਨ ਕਰ ਲਈ ਪੰਜਾਬ ਤੋਂ ਸੇਵਾ ਗਈ ਹੈ ਇਹਨੇ ਵੱਡੇ ਪੱਦਰ ਤੇ ਸੇਵਾਵਾਂ ਹੋਈਆਂ ਨੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਹੋ ਗਿਆ ਸਾਰਾ ਕੁਝ ਤੇ ਕੁਝ ਲੋਕ ਨਾ ਵਿਰੋਧਤਾ ਕਰ ਰਹੇ ਨੇ ਮੈਨੂੰ ਇਹ ਬੇਨਤੀ ਤਾਂ ਕਰਨੀ ਪੈਗੀ ਨਹੀਂ ਮੈਂ ਸਾਹਮਣੇ ਨਹੀਂ ਸੀ ਆਉਣਾ ਮੈਂ ਇਸ ਬਾਰੇ ਵਿਸ਼ੇ ਤੇ ਬੋਲਣਾ ਨਹੀਂ ਸੀ ਤੇ ਜਦੋਂ ਮੈਂ ਸੋਸ਼ਲ ਮੀਡੀਆ ਤੇ ਪੋਸਟਾਂ ਵੇਖੀਆਂ ਤੇ ਕੁਝ ਲੋਕਾਂ ਤੋਂ ਸੁਣਿਆ ਉਹਨਾਂ ਲੋਕਾਂ ਨੇ ਵਿਰੋਧ ਕੀਤਾ ਲੈ ਉਥੇ ਘਾਟਾ ਆ ਜੀ ਉਥੇ ਹੋਰ ਭੇਜਦਾ ਜੀ ਉਥੇ ਤਾਂ ਪਹਿਲੇ ਹੀ ਅੱਗ ਲਾਇਆ ਨਹੀਂ ਲੱਗਦੀ ਇਹੋ ਜਿਹੇ ਲੋਕ ਬੋਲ-ਬੋਲਦੇ ਨੇ ਕਿਹੜੇ ਲੋਕ ਜਿਨ੍ਹਾਂ ਨੂੰ ਸਮਝ ਨਹੀਂ ਆਗੀ ਚੰਡੀਗੜ੍ਹ ਮੋਰਚਾ ਲੱਗਿਆ ਹੋਇਆ ਜੀ ਕੌਮੀ ਇਨਸਾਫ ਮੋਰਚਾ ਸਭ ਤੋਂ ਵੱਧ ਸਹਿਯੋਗ ਬਾਬਾ ਨਰਿੰਦਰ ਸਿੰਘ ਜੀ ਕਾਰਸੇਵਾ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਹਜੂਰ ਸਾਹਿਬ ਕਾਰਸੇਵਾ ਵਾਲੇ ਉਹਨਾਂ ਨੇ ਰਸਤਾ ਵਸਤਾ ਭੇਜੀਆਂ ਉਥੇ ਸਾਰਾ ਕੁਝ ਚੱਲਿਆ ਸ਼ੁਰੂ ਦੇ ਵਿੱਚ ਉਹਨਾਂ ਨੇ ਸਭ ਕੁਝ ਕੀਤਾ ਹੁਣ ਵੀ ਕਰ ਰਹੇ ਨੇ ਕਿੰਨੀ ਸੰਗਤ ਜਾਂਦੀ ਹੈ ਉਥੇ ਤੇ ਹੋਰ ਕਿੰਨੇ ਖਰਚੇ ਨੇ ਸੰਗਤ ਦੀ ਸਹੂਲਤ ਸੰਗਤ ਦੀ ਸੇਵਾ ਲਈ ਜਾਂ ਜਿਹੜੇ ਜਿੰਨੇ ਵੀ ਗੁਰੂ ਘਰ ਨੇ ਓਕਾਰ ਸੇਵਾ ਦੇ ਅੰਡਰ ਨੇ ਤੇ ਉਹਨਾਂ ਸਾਰਿਆਂ ਦਾ ਪ੍ਰਬੰਧ ਚਲਾਉਣਾ ਕੋਈ ਸੌਖੀ ਜੀ ਗੱਲ ਨਹੀਂ ਹੈਗੀ ਜੇ ਇੰਨੀ ਵੱਡੀ ਸੇਵਾ ਭੇਜਤੀ ਕੋਈ ਪਰਲੋ ਨਹੀਂ ਆ ਗਈ ਤੇ ਕਹਿੰਦੇ ਜੀ ਉਥੇ ਤਾਂ ਪਹਿਲੀ ਹੀ ਬਹੁਤ ਕੁਝ ਹੈ ਤੇ ਇਹ ਵੀ ਵੇਖੋ ਵੀ ਉਥੇ ਖਰਚੇ ਵੀ ਬਹੁਤ ਨੇ ਲੰਗਰ ਵੀ ਉੱਥੇ ਭਾਂਤ ਪਤੇਲਾ ਚੱਲਦਾ ਸਾਡੇ ਵਾਲਾ ਕੰਮ ਨਹੀਂ ਹੈਗਾ ਵੀ ਧਰ ਲੋ ਜੀ ਮੂੰਗੀ ਮੂੰਗੀ ਚਲਾਈ ਜਾਓ ਗਰਮੀ ਚ ਕਦੂ ਚਲਾਈ ਜਾਓ ਜਾਂ ਫਿਰ ਸਿਆਲਾਂ ਦੇ ਵਿੱਚ ਗਾਜਰੀ ਵੜਵੜ ਧਰੀ ਜਾਣਗੇ ਉੱਥੇ ਭਾਂਤ ਪਤੇਲੀ ਦਾਲ ਨਾਲ ਚੌਲ ਵਧੀਆ ਲੰਗਰ ਅਜੀਹਾ ਜਿਹਨੂੰ ਛੱਕ ਕੇ ਰੂਹ ਖੁਸ਼ ਹੋ ਜਾਂਦੀ ਹੈ ਤੇ ਬੰਦਾ ਕਹਿੰਦਾ ਵੀ ਵਾਹ ਗੁਰੂ ਬਹੁਤ ਚੰਗਾ ਲੱਗਿਆ ਜੀ ਵਾਹ ਜੀ ਵਾਹ ਆਨੰਦ ਆ ਗਿਆ ਤੇ ਇਹ ਤਾਂ ਨਹੀਂ ਵੇਖਦੇ ਅਸੀਂ ਲੋਕ ਸਾਨੂੰ ਇੱਕ ਗੱਲ ਚੇਤੇ ਆ ਗਈ ਉੱਥੇ ਕਿਉਂ ਭੇਜਿਆ ਜੀ ਤੇ ਹੋਰ ਤੁਹਾਨੂੰ ਦੇ ਦਿੰਦੇ ਠੀਕ ਹੈ ਇੱਕ ਪੱਖ ਤੋਂ ਜੇ ਆਪਾਂ ਸੋਚੀਏ ਵੀ ਠੀਕ ਹੈ ਏਡੀ ਵੱਡੀ ਸੇਵਾ ਕਰਤੀ ਉਥੇ ਭੇਜਤਾ ਕੋਈ ਹੋਣੀ ਹੈਗਾ ਸਾਡੇ ਪੰਜਾਬ ਦੇ ਵਿੱਚ ਅਜਿਹੇ ਲੋਕ ਨੇ ਸੇਵਾਦਾਰ ਨੇ ਜਿਹੜੇ ਹਜ਼ੂਰ ਸਾਹਿਬ ਜਾਂ ਕਿਤੇ ਹੋਰ ਸੇਵਾ ਦੇਣੀ ਪਸੰਦ ਕਰਦੇ ਨੇ ਜਿਉਂ ਉਹਨਾਂ ਨੂੰ ਕਹੋ ਵੀ ਆਪਣੇ ਤੇ ਹਰਮੰਦਰ ਸਾਹਿਬ ਹੈਗਾ ਉਥੇ ਦੇ ਦਿਓ ਜੀ ਹਰਮੰਦਰ ਸਾਹਿਬ ਕਿੱਡਾ ਵੱਡਾ ਪ੍ਰਬੰਧ ਹੈ ਸ਼੍ਰੋਮਣੀ ਕਮੇਟੀ ਦਾ ਹਰਮੰਦਰ ਸਾਹਿਬ ਗੁਰੂ ਰਾਮਦਾਸ ਦਰ ਤੇ ਉੱਥੇ ਦੇ ਦੋ ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਸਾਨੂੰ ਭਰੋਸਾ ਹੈ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਸਾਨੂੰ ਪੂਰਾ ਭਰੋਸਾ ਹੈ ਪਰ ਉੱਥੋਂ ਦੀ ਕਮੇਟੀ ਨਹੀਂ ਸਾਨੂੰ ਪਸੰਦ ਉੱਥੇ ਦੇ ਨੁਮਾਇंदे ਨਹੀਂ ਪਸੰਦ ਉਹ ਇਸ ਕਰਕੇ ਸੇਵਾਵਾਂ ਬਾਹਰੇ ਦੇ ਆਉਂਦੇ ਨੇ ਬਾਹਰਲੇ ਗੁਰਦੁਆਰਿਆਂ 'ਚ ਹੁਣ ਤੁਸੀਂ ਇਹਨੂੰ ਚੰਗਾ ਸਮਝੋ ਜਾਂ ਇਹਨੂੰ ਮਾੜਾ ਸਮਝੋ ਆਪੋ ਆਪਣੀ ਮਨ ਦੀਆਂ ਭਾਵਨਾਵਾਂ ਨੇ ਹਜ਼ੂਰ ਸਾਹਿਬ ਇੰਨੀ ਵੱਡੀ ਸੇਵਾ ਗਈ ਹੈ ਤੇ ਪਿਆਰਿਓ ਉਹਦੀ ਵਿਰੋਧ ਤਾਂ ਨਾ ਕਰੋ ਉਹ ਤੋਂ ਸਿੱਖੋ ਆਖਰ ਉਹ ਇੱਕ ਬੰਦਾ ਜੇ ਪੂਰੀ ਸੰਗਤ ਨੇ ਵੀ ਸੇਵਾ ਕੀਤੀ ਹੈ ਵੀ ਹਜੂਰ ਸਾਹਿਬ ਕਰਤੀ ਜਦਰਾ ਸੋਚੋ ਵੀ ਉਹ ਸੇਵਾ ਪੰਜਾਬ ਦੇ ਵਿੱਚ ਵੀ ਹੋ ਸਕਦੀ ਸੀ ਕਿਉਂ ਨਹੀਂ ਹੋਈ ਸਾਡੇ ਹਾਲਾਤਾਂ ਨੂੰ ਵੇਖ ਕੇ ਨਹੀਂ ਹੋਈ ਅਸੀਂ ਲੰਗਰ ਤੇ ਲਾਉਨੇ ਆ ਉਹਦੇ ਵਿੱਚ ਵੀ ਤੂੰ ਤੂੰ ਮੈਂ ਮੈਂ ਹੁੰਦੀ ਆ ਮੈਂ ਕਰੂੰਗਾ ਮੇਰਾ ਨਾਂ ਬੋਲਿਆ ਜਾਏ ਜਿਹੜੇ ਤੇ ਪਹਿਲੇ ਸ਼ੱਕੇ ਆਏ ਨੇ ਉਹਨਾਂ ਨੂੰ ਹੋਰ ਧੱਕੇ ਨਾਲ ਛਕਾਉਂਦੇ ਨੇ ਜਿਹੜੇ ਹੱਕਦਾਰ ਨੇ ਲੰਗਰ ਦੇ ਉਹਨਾਂ ਨੂੰ ਅਸੀਂ ਧੱਕੇ ਮਾਰ ਕੇ ਲੰਗਰਾਂ ਚੋਂ ਕੱਢ ਦਿੰਨੇ ਆ ਮੈਂ ਇਸ਼ਾਰਾ ਹੀ ਕਰ ਰਿਹਾ ਸਮਝ ਲਿਓ ਕਿਉਂਕਿ ਤੁਸੀਂ ਸਾਰੇ ਸਮਝਦਾਰ ਜੀ ਪਿਆਰਿਓ ਤੁਸੀਂ ਸਾਰੇ ਸਮਝਦਾਰ ਹੋ ਆਪੇ ਸਮਝ ਲਿਓ ਇਹਨਾਂ ਗੱਲਾਂ ਨੂੰ ਸੋ ਮੈਂ ਇਸ ਕਰਕੇ ਬੇਨਤੀ ਕਰਨੀ ਚਾਹੁੰਨਾ ਵਾ ਆ ਤੁਸੀਂ ਹੁਣ ਆਨੰਦਪੁਰ ਸਾਹਿਬ ਜਾਓਗੇ ਨਾ ਹੋਲੇ ਮੱਲੇ ਤੇ ਉੱਥੇ ਵੇਖ ਲਿਓ ਕਿੰਨਾ ਕੁਝ ਹੁੰਦਾ ਹੈ 2 ਕਿਲੋਮੀਟਰ ਤੇ ਫੇਰ ਲੰਗਰ ਉਦੋਂ ਫੇਰ ਅੱਗੇ ਲੰਗਰ ਇੱਕ ਦੂਜੇ ਦੇ ਢਾਟਾ ਆ ਕੇ ਮੂੰਹ ਦੇ ਵਿੱਚ ਥੁੰਨਣ ਤੱਕ ਜਾਂਦੇ ਨੇ ਤੇ ਇੱਕ ਗੱਲ ਸਮਝ ਲਿਓ ਵੀ ਇੰਨਾ ਅਸੀਂ ਕਰ ਕੀ ਰਹੇ ਆ ਇੱਕ ਸਹਿਮਤੀ ਬਣਾ ਲਓ ਤੁਸੀਂ ਇੱਕ ਬੰਦਾ ਇੱਥੋਂ ਚੱਲਿਆ 30 ਕਿਲੋਮੀਟਰ ਤੱਕ ਉਹਨੂੰ ਕੁਝ ਛਕਣ ਦੀ ਲੋੜ ਨਹੀਂ ਜੇ ਪੂਰਾ ਆਨੰਦਪੁਰ ਸਾਹਿਬ ਦਾ ਸਫ਼ਰ ਵੀ ਤੈਅ ਕਰ ਲੇ ਤਾਂ ਵੀ ਉਹਨੂੰ ਲੋੜ ਨਹੀਂ ਪਊਗੀ ਉੱਥੇ ਜਾ ਕੇ ਛਕ ਲੂਗਾ ਲੰਗਰ ਹੈਗਾ ਇੱਕ ਲੰਗਰ ਲਾ ਲਓ ਪੰਜ-ਪੰਜ ਪਿੰਡ ਏਕਾ ਬਣਾ ਲਓ ਇੱਕ ਲੰਗਰ ਲਾ ਲਓ ਤੇ ਤੁਸੀਂ ਇੱਕ ਪੈਨਲ ਤਿਆਰ ਕਰੋ ਮੈਂ ਲੰਗਰਾਂ ਤੇ ਕਟਾਕਸ਼ ਨਹੀਂ ਕਰਦਾ ਬਹੁਤੇ ਸਿਆਣੇ ਕਹਿੰਦੇ ਲਓ ਜੀ ਲੰਗਰ ਦੀ ਨਿੰਦਿਆ ਕਰਤੀ ਇਹ ਲੰਗਰ ਦੀ ਨਿੰਦਿਆ ਨਹੀਂ ਨੂੰ ਸਮਝ ਲਓ ਸਚਾਈ ਹੈ ਇਹ ਪਿਆਰਿਓ ਇੱਕ ਪੰਜ ਪਿੰਡਾਂ ਦਾ ਜਥਾ ਬਣਾਓ ਇੱਕ ਲੰਗਰ ਲਾ ਲਓ ਤੇ ਦੂਸਰੇ ਪਿੰਡ ਵਾਲੇ ਪੰਜ ਪਿੰਡਾਂ ਦਾ ਜਥਾ ਉਸ ਤੋਂ ਬਾਅਦ ਲੰਗਰ ਲਾ ਲਓ ਕਿੰਨੇ ਦਿਨ ਲੰਗਰ ਚੱਲ ਸਕਦਾ ਤੇ ਕਿੰਨੇ ਗਰੀਬਾਂ ਦਾ ਢਿੱਡ ਭਰ ਸਕਦਾ ਸੋਚ ਕੇ ਵੇਖੋ ਜਰਾ ਆ ਦੋ ਤਿੰਨ ਦਿਨ ਅਸੀਂ ਲੰਗਰ ਚਲਾ ਕੇ ਗਏ ਨਾ ਵਾਜ ਹੀ ਵਾ ਵੜੀ ਸੇਵਾ ਕੀਤੀ ਜੀ ਠੀਕ ਹੈ ਸੇਵਾ ਕੀਤੀ ਪਰ ਅਸੀਂ ਕਿੰਨਾ ਕੁ ਸਹੀ ਕਰ ਰਹੇ ਆ ਕਦੇ ਆਪਣੀ ਜਮੀਰ ਨਾਲ ਸੋਚਿਓ ਇੱਕ ਲੰਗਰ ਦੋ ਲੰਗਰ ਤਿੰਨ ਲੰਗ ਕਿੰਨੇ ਛਕ ਲੂਗਾ ਬੰਦਾ ਇੱਕ ਘਰੋਂ ਤੁਰ ਕੇ ਯਾਰ ਕਿੰਨਾ ਕੁ ਛਕਾ ਦਾਂਗੇ ਅਸੀਂ ਸੋ ਪਿਆਰਿਓ ਠੀਕ ਹੈ ਸਾਡੇ ਕੋਲੇ ਸੇਵਾਵਾਂ ਨੇ ਅਸੀਂ ਲੰਗਰ ਲਾਈਏ ਨਾ ਲਾਈਏ ਜੇ ਨਹੀਂ ਲਾਉਣਾ ਤੇ ਰਸਦ ਇਕੱਠੀ ਕਰੋ ਪੂਰਾ ਪਿੰਡ ਤੇ ਅਜਿਹੇ ਇੱਕ ਸਾਂਝੇ ਥਾਂ ਤੇ ਜਿੱਥੇ ਲੰਗਰ ਚੱਲਦਾ ਜਾਂ ਫਿਰ ਅਨੰਦਪੁਰ ਸਾਹਿਬ ਹੀ ਦੇ ਦੋ ਜਾਂ ਫਿਰ ਹਜੂਰ ਸਾਹਿਬ ਕਿਤੇ ਵੀ ਸਾਡੇ ਘਰੇ ਗੁਰੂ ਘਰ ਦਾ ਨੇੜੇ ਸਾਡੇ ਉਥੇ ਸੇਵਾ ਪਹੁੰਚਦੀ ਕਰ ਦੋ ਤੁਹਾਡੀ ਸੇਵਾ ਪਰਵਾਨ ਹੋ ਜੂਗੀ ਪਰ ਸੇਵਾ ਤੇ ਕਟਾਕਸ਼ ਨਾ ਕਰੋ ਤੇ ਲੰਗਰਾਂ ਤੇ ਕਟਾਕਸ਼ ਨਾ ਕਰੋ ਹਜੂਰ ਸਾਹਿਬ ਕਿਸੇ ਨੇ ਸੇਵਾ ਕੀਤੀ ਪਿਆਰਿਓ ਬੜੇ ਧੰਨਤਾ ਦੇ ਯੋਗ ਨੇ ਪਰ ਜਿਹੜੇ ਉਸਤੇ ਬੈਡ ਕਮੈਂਟਸ ਕਰ ਰਹੇ ਨੇ ਜਾਂ ਫਿਰ ਉਹ ਚੀਜ਼ ਨੂੰ ਤਰਕ ਦਾ ਵਿਸ਼ਾ ਬਣਾ ਰਹੇ ਨੇ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰਦਾ ਕਿ ਅਜਿਹਾ ਨਾ ਕਰੋ ਸਗੋ ਕੋਸ਼ਿਸ਼ ਕਰੋ ਕਿ ਆਪਾਂ ਅਜੇਹੇ ਬਣ ਸਕੀਏ ਅਜੇਹੇ ਸੱਜਣ ਮਿੱਤਰ ਪਿਆਰਿਆਂ ਨੂੰ ਹੋਰ ਕਈਏ ਹੌਸਲਾ ਵੀ ਭਾਈ ਸੰਗਤ ਦੀ ਸੇਵਾ ਨਾਲ ਹੀ ਚੱਲਦਾ ਸਾਰਾ ਕੁਝ ਸੰਗਤ ਦੇ ਸਹਿਯੋਗ ਦੇ ਨਾਲ ਹੀ ਸੋ ਵੱਧ ਚੜ ਕੇ ਸੇਵਾ ਕਰੋ ਆਪ ਵੀ ਕਰੋ ਸਾਡੇ ਨੇੜੇ ਕੋਈ ਨਗਰ ਪੈਂਦਾ ਗੁਰੂ ਘਰ ਹੈ ਉੱਥੇ ਕੋਈ ਸਮਾਗਮ ਹੈ ਉੱਥੇ ਆਪ ਵੀ ਸੇਵਾਵਾਂ ਕਰੋ ਇਹ ਨਾ ਸੋਚੋ ਕਿ ਬਹੁਤ ਕੁਝ ਹੈ ਅਸੀਂ ਕਿਸੇ ਕਮੇਟੀ ਵਾਲੇ ਕਰਕੇ ਕਿਸੇ ਬੰਦੇ ਕਰਕੇ ਨਹੀਂ ਕਰਨਾ ਅਸੀਂ ਗੁਰੂ ਕਰਕੇ ਕਰਨਾ ਹੈ ਅਸੀਂ ਆਪਣੇ ਆਪ ਕਰਨਾ ਹੈ ਵੇ ਗੁਰੂ ਦੀ ਨਿਗਾਹ ਦੇ ਵਿੱਚ ਸਾਡਾ ਜਿਹੜਾ ਦਸਵੰਦ ਹੈ ਉਹ ਜਾਵੇ ਬਸ ਇਹ ਚੀਜ਼ ਨੂੰ ਸਮਝ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ